ਆਪਣਾ? ਰਣਜੀਤ ਸਿੰਘ ਜੀ। ਇਹ ਕੀ ਮਾਮਲਾ ਸੀਗਾ ਸਰ? ਮਾਮਲਾ ਮੇਰੇ ਕਾਕੇ ਦੀ ਰਿਜੈਕਟ ਆ ਜੀ। ਮੈਂ ਪੁਲਿਸ ਦੇ 6-9 ਨੂੰ ਦਰਖਾਸਤ ਦਿੱਤੀ ਆ, 24 ਤਰੀਕ ਨੂੰ ਮੈਂ ਫੇਰ ਦਰਖਾਸਤ ਦੇ ਕੇ ਆਇਆ ਡੀ ਐਸ ਪੀ ਦੀ ਮਾਰ ਕਰਾ ਕੇ। ਅਜੇ ਤਾਂ ਮੇਰੀ ਸੁਣਾਈ ਨਹੀਂ ਹੋਈ ਉਸ ਦਰਖਾਸਤ ਤੇ। ਦਿੱਤੀ ਉਹਦੇ ਵਿੱਚ ਆਹ ਦਰਵਾਜ਼ਾ ਕੱਢਿਆ, ਉਹਦੇ ਦਿੱਤੀ ਇਹਨਾਂ ਦੇ ਵਿੱਚ ਰਾਹ ਕੱਢਿਆ, ਇਹਨਾਂ ਨੂੰ ਦਰਵਾਜ਼ਾ ਦੇ ਦਿੱਤਾ 24 ਤਰੀਕ ਨੂੰ ਦਰਵਾਜ਼ਾ ਲੱਗਾ। ਅਸੀਂ ਉਹ ਦਰਵਾਜ਼ਾ ਕੱਲ ਕੱਢਣ ਲੱਗੇ, ਇਹਨਾਂ ਨੇ ਮੈਂ ਜਿਹੜੀ ਡਾਂਗਾ ਮਾਰੀਆਂ ਵਿੱਚ ਦੀ ਰੋੜੇ ਮਾਰੇ। ਅਸੀਂ ਕਿਹਾ ਅਸੀਂ ਵੀ ਦਰਵਾਜ਼ਾ ਕੱਢਦੇ ਹਾਂ, ਜੇ ਪੁਲਿਸ ਦੇ ਗਿਆ ਨਹੀਂ ਨਵੇੜਦੀ ਤਾਂ ਅਸੀਂ ਵੀ ਦਰਵਾਜ਼ਾ ਕੱਢ ਲੈਂਦੇ। ਅਸੀਂ ਦਰਵਾਜ਼ਾ ਕੱਢ ਦੋ ਜਿੱਦਾਂ ਨਹੀਂ ਬੜੋਦੇ ਸੀ ਜੀ, ਅਸੀਂ ਕੰਨਾਂ ਵਿੱਚ ਦੀ ਡਾਂਗਾ ਭਰਾਈਆਂ, ਡਾਂਗਾ ਮਾਰੀਆਂ, ਇੱਟਾਂ ਮਾਰੀਆਂ ਕੱਢਣ ਲੱਗੇ ਸੀ। ਇਹਨਾਂ ਜਦ ਕਿ ਵਿੱਚੇ ਉਹ ਚੱਲਦੇ ਚੱਲਦੇ ਰਾਹ ਵੀ ਬਣਾ ਲਿਆ ਪਸ਼ੂ। ਅੰਕਲ ਉਹਨਾਂ ਦਾ ਕਹਿੰਦਾ ਕਹਿੰਦੇ ਰਜਿਸਟਰੀ ਉਹਨਾਂ ਕੋ ਵੀ ਹੈਗੀ ਆ, ਰਜਿਸਟਰੀ ਇਹਦੀ ਦਿਖਾਲ ਦੇਣ ਮੇਰੇ, ਮੈਂ ਤੁਹਾਨੂੰ ਦਿਖਾਲਦਾ ਰਜਿਸਟਰੀ ਤੁਹਾਨੂੰ ਅਸਰੀ ਜਿਹੜੀ ਆ ਸਾਡਾ ਘਰ ਬਾਪ ਦੇ ਕੇ ਗਿਆ ਆ, ਉਹਦੀ ਰਜਿਸਟਰੀ 420 ਚੇਨ ਕਰਾਈ ਆ। 81 ਚ ਰਜਿਸਟਰੀ ਮੇਰੀ ਹੈ ਜਨਾਬ, 81 ਬੰਨਾ ਆਉਂਦਾ 81 ਹੀ ਹੈ ਸਾਡੀ ਆ ਬੰਨਾ ਆਉਂਦਾ ਸਾਡਾ ਕਰਮ ਅਜੇ ਪਰ ਆਇਆ। ਹੋਰ ਜਿਹੜਾ ਸਾਡਾ ਬਾਪ ਦੇ ਕੇ ਗਿਆ ਤੀਜੇ ਬੰਦੇ ਦਾ ਥਾਂ ਵਾਲ ਹੋ ਰਿਹਾ, ਇੱਕ ਕਰਮ ਕਰ ਉਧਰ ਨੂੰ ਬੰਨਾ ਤੁਰਦਾ ਹੋਰ।